ਬੰਗਲਾ ਤਕੜੀਆਂ ਲੱਭੋ। ਸਰਬਜੀਤ ਉਹਨੇ ਨੀ ਸਿਰ ਪਲੋਸ ਦੰਦਰਾ ਨੀ ਭੈਣੇ ਲੈ ਸਰਬਜੀਤ ਤੇ ਲੱਭੋ ਲਾਭ ਕੌਰ ਬਾਲਦ ਪਿੰਡ ਦੀ ਸ਼ਮਸ਼ਾਨ ਘਾਟ ਤੋਂ ਲੈ ਕੇ ਆਏ ਸੀ। ਬਾਪੂ ਗੁਰਚਰਨ ਸਿੰਘ ਤਾਂ ਤੁਰ ਗਿਆ ਰਿਸ਼ਤੇ ਪੂਰੇ ਕਰਦਾ ਹੋਇਆ। ਇਹ ਦੋਨੋਂ ਮਾਵਾਂ ਧੀਆਂ ਸਾਡੇ ਕੋਲ ਤੇ ਸਾਡੀ ਮਾਂ ਗੁਰਮੀਤ ਕੌਰ ਸੁਰ ਸਿੰਘ ਵਾਲੀ ਸਿਰ ਪਲੋਸ ਦੇ ਪੁੱਤ ਦਾ ਸੁਰ ਸਿੰਘ ਵਾਲੇ ਨਾਲ ਫੋਨ ਤੇ ਗੱਲ ਕਰਾਈ ਸਤਨਾਮ ਉਹ ਸਰਦਾਰ ਜੀ ਜਿਹੜੇ ਬਾਪੂ ਬੇਬੇ ਨੂੰ ਛੱਡ ਕੇ ਗਏ ਸੀ ਗੱਲ ਮਾਰੀ। ਮਾਤਾ ਦਾ ਬੇਟਾ ਵੀ ਬਹੁਤ ਜਿਆਦਾ ਅਪਸੈਟ ਸੀ ਘਰੇ ਕਮਰੇ ਚ ਲੈਟਰਿੰਗ ਕਰੀ ਜਾਂਦਾ ਸੀ। ਮਾਤਾ ਦੀਨਾ ਨੀ ਸੀ ਅੱਖਾਂ ਧੋਣੀ ਸੀ ਵਿਚਾਰੀ ਇੱਕੋ ਹੀ ਕਮਰਾ ਸੀ ਘਰ ਬਹੁਤ ਮਾੜੀ ਹਾਲ ਸੀ। ਹੁਣ ਮੇਰੀ ਮਾਂ ਵੀ ਬਹੁਤ ਠੀਕ ਆ ਬੇਟਾ ਤਾਂ ਇਹਨਾਂ ਦਾ ਬਿਲਕੁਲ ਹੀ ਠੀਕ ਹੋ ਗਿਆ। ਸਾਡੇ ਨਾਲ ਭਾਂਡਿਆਂ ਦੀ ਸੇਵਾ ਕਰਾਉਂਦਾ ਹੁਣ ਉਹਦਾ ਨਾਂ ਹੈਗਾ ਮਾਂ ਗੁਰਦੇਵ ਸਿੰਘ। ਮਾਤਾ ਦੇ ਬੇਟੇ ਨੂੰ ਬੁਲਾਇਓ ਗੁਰਦੇਵ ਸਿੰਘ ਨੂੰ। ਮਾਤਾ ਗੁਰਮੀਤ ਦੇ ਬੇਟੇ ਨੂੰ ਬੁਲਾਇਓ ਗੁਰਦੇਵ ਸਿੰਘ ਨੂੰ। ਤਕੜੇ ਹੋ ਗੁਰਦੇਵ 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 ਜੀਤ ਠੀਕ ਹੈ ਆ ਜਾਓ ਵੀਰੇ ਤੁਸੀਂ ਵੀ ਆ ਜਾਓ ਅੱਗੇ। ਇਹ ਭੈਣਾਂ ਠੀਕ ਹੋ ਕੇ ਸਾਡੀ ਕੋਸ਼ਿਸ਼ ਆ ਵੀ ਸੁਖਮਨੀ ਵੀ ਆ ਗਈ ਨੀ ਮੇਰੀ ਚੁਕਮਨੀ ਵੀ ਆ ਗਈ ਨੀ ਮੇਰੀ ਚੁਕਮਨੀ ਵੀ ਆ ਗਈ। ਹਾਂ ਬਾਈ ਜੀ ਹਾਂ ਬਾਈ ਓਏ ਕਿੱਟੂ ਕਿਵੇਂ ਆ ਤੂੰ। ਹਾਂ ਜੋਤ ਉਰਿਆ ਗੱਲ ਸੁਣ ਜੋਤ ਓਏ ਉਰਿਆ ਭੈਣੇ ਉਰਿਆ ਤੂੰ ਵੀ ਭੈਣੇ ਤੇਰਾ ਕੀ ਨਾਮ ਆ ਚੁੰਨੀ ਠੀਕ ਕਰੀ ਭੈਣੇ ਦੀ ਖੋਲ ਕੇ ਦੇ ਹਾਂ ਦੇ ਦੇਣੀ ਭੈਣੇ ਛੁੱਟੀ ਚੁੰਨੀ ਠੀਕ ਕਰਕੇ ਲੈ ਲਾ ਭੈਣੇ ਕੋਈ ਨਾ ਕੋਈ ਨਾ ਆਪੇ ਲੈਣੀ ਜੀ। ਹਾਂ ਦੇ ਦਾਂਗੇ ਦੇ ਦਾਂਗੇ ਕੀ ਨਾਮ ਮੇਰੀ ਭੈਣ ਦਾ ਹੈ ਤੋਸ਼ੀ ਭੈਣ ਦਾ ਬੇਟਾ ਜੋਤ ਭੈਣੇ ਪਿੰਡ ਕਿਹੜਾ ਤੁਹਾਡਾ ਹੈ ਨਵਾਂ ਸ਼ਹਿਰ ਤਾਂ ਸ਼ਹਿਰ ਆ ਪਿੰਡ ਮੱਲਾ ਸਲੋਹ ਪਿੰਡ ਆ ਹਨਾ ਤੇ ਕੌਣ ਆਇਆ ਸੀ ਉਦੋਂ ਤੁਹਾਡੇ ਘਰੋਂ ਭਰਾ ਆਇਆ ਸੀ ਤੇਰਾ ਕੋਈ ਨਾ ਭੇਡ ਆਇਆ ਧੰਨਵਾਦ ਮਾਂ ਜਿਉਂਦੀ ਵਸਦੀ ਰਹਿ ਜੋਗਿੰਦਰ ਕੁਰੇ ਸਿਰ ਤੇ ਹੱਥ ਰੱਖ ਮੇਰੇ ਵੀ ਧੰਨਵਾਦ ਮਾਂ ਓਏ ਮੇਰੀ ਸੁਖਮਨ ਆ ਗਈ ਆ ਜਾ ਸੁਖਮਨੇ ਇਹ ਅਰਮਾਨ ਦੀ ਭੈਣ ਸੁਖਮਨ ਜਾਣਦੇ ਹੋ ਨਾ ਸੁਖਮਨ ਨੂੰ ਸੁਖਮਨ ਪਾਣੀ ਪੀਣਾ ਪੀ ਲਾ ਹਾਂਜੀ ਡੈਡੀ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਤੁਹਾਡਾ ਕੀ ਨਾਮ ਆ ਰਜਿੰਦਰ ਸਿੰਘ ਜੀ ਰੋਡਵੇਜ ਦੇ ਵਿੱਚ ਬੱਸ ਚਲਾਉਂਦੇ ਤੁਸੀਂ ਕਿ ਕੰਡਕਟਰ ਸੀ ਡੀਟੀਸੀ ਚ ਹਾਂ ਬੱਸ ਚਲਾਉਂਦੇ ਸੀ ਡਰਾਈਵਰ ਸੀਗੇ ਕਿੰਨੇ ਕੁ ਸਾਲ ਕੀਤੀ ਡਰਾਈਵਰੀ ਸਤਾਈ ਸਾਲ ਡੀਟੀਸੀ ਦੇ ਵਿੱਚ ਬੱਸ ਚਲਾਈ ਅਵਾਰਡ ਵੀ ਮਿਲਿਆ ਕਾਹਦਾ ਹਾਂਜੀ ਪੁੱਤ ਅੱਛਾ ਡਰਾਈਵਰ ਮਤਲਬ ਰੋਡ ਸੇਫਟੀ ਦਾ ਤੇ ਉਹਦੀ ਪੈਨਸ਼ਨ ਵਗੈਰਾ ਆਉਂਦੀ ਆ
ਡਿਪੋ ਮੈਨੇਜਰ ਦੀ ਲਾਈਵ ਡਿਊਟੀ ਮੰਗ ਰਿਹਾ ਸੀ, ਦੇ ਨਹੀਂ ਗਿਆ ਸੀ, ਮੇਰੇ ਰੀਫੈਕਚਰ ਹੋ ਗਏ ਸੀ, ਤਾਂ ਉਹ ਆਰਡਰ ਹੋਏ ਸੀ ਸੀ ਐਮ ਓ ਟੂ ਰੀਚੈਕਅਪ ਮੈਡੀਕਲ, ਦੁਬਾਰਾ ਇਹਦਾ ਮੈਡੀਕਲ ਚੈੱਕਅਪ ਹਾਈਕੋਰਟ ਤੋਂ ਆਦੇਸ਼ ਤੇ ਹਾਈਕੋਰਟ ਦੇ, ਇਹਨਾਂ ਨੇ ਕਰਾਇਆ ਨਹੀਂ, ਮੈਡੀਕਲ ਬੋਰਡ 'ਚ ਜਾਣ ਨਹੀਂ ਦਿੱਤਾ ਮੈਨੂੰ, ਉੱਥੇ ਲਿਖਵਾ ਲਿਆ ਵੀ ਮੈਨੂੰ ਸਾਰੇ ਬੈਨੀਫਿਟ ਉੱਥੇ ਜਾਣ, ਕੀ ਜਾਣਾ ਤੂੰ ਮੈਡੀਕਲ ਬੋਰਡ 'ਚ, ਅਸੀਂ ਪੈਸੇ ਇੱਥੇ ਦੇ ਦਿੰਦੇ ਤੈਨੂੰ, ਉਹ ਇੱਦਾਂ ਵਰਕ ਲਗਾ ਕੇ ਮੈਨੂੰ ਉੱਥੇ ਲਿਖਵਾ ਲਿਆ ਅਤੇ ਮੇਰੇ ਉੱਪਰ ਸਾਈਨ ਕਰਾ ਲਏ ਔਰ ਮੇਰੇ ਬੈਨੀਫਿਟ ਸਾਰੇ ਕੱਟ ਦਿੱਤੇ, ਔਰ ਮੇਰਾ ਬਣਾਤਾ ਜੀ ਰੈਜੀਨੇਸ਼ਨ, ਰਿਟਾਇਰਮੈਂਟ ਦੀ ਰੈਜੀਨੇਸ਼ਨ ਬਣਾ ਠੀਕ ਹੈ, ਕੋਈ ਗੱਲ ਨਹੀਂ ਰਜਿੰਦਰ ਸਿੰਘ ਜੀ, ਵਾਹਿਗੁਰੂ ਮਿਹਰ ਕਰਨ, ਬਾਪੂ ਰਜਿੰਦਰ ਸਿੰਘ ਜੀ ਦਾ ਪੁੱਤ ਲਿਆਵਾਂ ਲਿਆ ਲਿਆ ਰੋਡ ਐਕਸੀਡੈਂਟ ਚਲਾ ਗਿਆ, ਵਾਈਫ ਦੀ ਡੈਥ ਹੋ ਗਈ, ਜਵਾਈ ਨੇ ਸੁਸਾਈਡ ਕਰ ਲਿਆ, ਧੀ ਵੀ ਬਾਪ ਵੀ ਦੋਨੋਂ ਡਿਪਰੈਸ਼ਨ ਚ। ਦਿੱਲੀ ਕਿੱਥੇ ਰਹਿੰਦੇ ਤੁਸੀਂ? ਨੀਅਰ ਤਿਲਕ ਨਗਰ। ਨੀਅਰ ਤਿਲਕ ਨਗਰ, ਹਾਂਜੀ, ਚੁਖੰਡੀ 2374 ਚੁਖੰਡੀ। ਉੱਥੇ ਤੁਹਾਡਾ ਆਪਣਾ ਘਰ? ਹਾਂਜੀ, ਠੀਕ, ਛੋਟੇ ਜਿਹੇ ਛੱਤਰ ਛਾਇਆ ਚ ਰਹਿੰਦੇ ਆ, ਛੋਟੇ ਜਿਵੇਂ ਆ ਹੁੰਦੇ ਅਪਾਰਟਮੈਂਟ ਆ? ਨਹੀਂ, ਘਰ ਆ, ਮੁਹੱਲੇ ਚ, ਮੁਹੱਲੇ ਚ ਘਰ ਆ, ਜਾਇ ਕਲੋਨੀ ਆ, ਜਿੱਦਾਂ 25 ਗਜ ਦੇ ਹੁੰਦੇ ਨਾ, ਹਾਂ, ਡੀਡੀ ਕਲੋਨੀ 25 ਗਜ ਦਾ ਘਰ ਆ, ਹਾਂਜੀ, ਠੀਕ, ਇੱਕ ਬੈਡਰੂਮ, ਕਿਚਨ, ਹਾਂਜੀ, ਬਾਥਰੂਮ, ਰਸੋਈ, ਰਸੋਈ ਬੈਡਰੂਮ ਕਿਚਨ ਰਸੋਈ ਰਸੋਈ ਤੇ। ਹੋਰ ਬੱਚੇ ਕਿੰਨੇ ਤੁਹਾਡੇ ਜੀ? ਮੇਰੇ ਬੱਚੇ, ਇੱਕ ਮੁੰਡਾ ਸੀ ਐਕਸੀਡੈਂਟ 'ਚ ਐਕਸਪਾਇਰ ਹੋ ਗਿਆ, ਇਹ ਬੇਟੀ ਹੈ ਮੇਰੀ, ਅਤੇ ਤੁਹਾਨੂੰ ਪਤਾ ਹੀ ਹੈ ਇਹਦੇ ਨਾਲ ਕੀ ਹਾਦਸਾ ਹੋਇਆ, ਇਸ ਤਰ੍ਹਾਂ ਜੀ ਰਹੇ ਜੀ। ਇਹਦੇ ਹਸਬੈਂਡ ਨਾਲ ਜੋ ਹੋਇਆ ਉਹੀ ਗੱਲ ਕਰਦੇ ਨਾ ਤੁਸੀਂ? ਕੋਈ ਨਾ, ਹੁਣ ਉਹਨੂੰ ਭੁੱਲ ਕੇ ਆਪਾਂ ਅੱਗੇ ਵਧੀਏ, ਅਸੀਂ ਤੁਹਾਡੇ ਨਾਲ ਆ, ਮੇਰੀ ਭੈਣ ਸੁਰਿੰਦਰ ਕੌਰ ਦੇ ਅਸੀਂ ਭਰਾ ਵਾਂ, ਅਗਸਤ 'ਚ ਰੱਖੜੀਆਂ ਆ ਰਹੀਆਂ, ਰੱਖੜੀ ਬਣਾਉਣੀ ਆ ਮੈਂ ਆਪਦੀ ਭੈਣ ਤੋਂ, ਠੀਕ ਆ, ਤੇ ਹਰ ਸਾਲ ਬਣਾਇਆ ਕਰਨੀ ਆ, ਤੇ ਅਸੀਂ ਵੀ ਤੈਨੂੰ ਹਰ ਸਾਲ ਸੰਧਾਰਾ ਦਿਆ ਕਰਾਂਗੇ, ਬਿਸਕੁਟ ਦਿਆ ਕਰਾਂਗੇ, ਸਪੋਰਟ ਕਰਾਂਗੇ, ਭਾਣਜੀ ਨੂੰ ਸਾਡੀ ਨੂੰ ਪੜ੍ਹਾਉਣਾ, ਅਸੀਂ ਇਹਨੂੰ ਅਫਸਰ ਬਣਾਉਣਾ ਮੇਰੀ ਭੈਣ, ਤੁਸੀਂ ਰਜਿੰਦਰ ਸਿੰਘ ਜੀ ਫਿਕਰ ਨਾ ਕਰਿਓ, ਅਸੀਂ ਵੀ ਤੁਹਾਡੇ ਪੁੱਤਰ ਆ, ਠੀਕ ਆ, ਅਸੀਂ ਵੀ ਤੁਹਾਡੇ ਪੁੱਤਰ ਆ, ਉਹ ਤਾਂ ਨਹੀਂ ਬਣ ਸਕਦੇ ਪਰ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਪੁੱਤਰ ਬਣ ਸਕੀਏ, ਉਹਨਾਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਵਾਂਗ ਥੋੜਾ ਜਿਹਾ ਵੀ ਤੁਹਾਨੂੰ ਪਿਆਰ ਦੇ ਸਕੀਏ। ਇਸ ਤਰ੍ਹਾਂ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਦੇਖੋ ਲਾਈਫ ਦਾ, ਦਿੱਲੀ ਵਰਗੇ ਸ਼ਹਿਰ 'ਚ ਮੈਟਰੋ ਸਿਟੀ 'ਚ ਰਹਿੰਦੀ ਸੀ ਭੈਣ, ਪੜ੍ਹੀ ਲਿਖੀ ਆ, ਕਿੰਨਾ ਪੜ੍ਹੀ ਆ ਪੁੱਤੂ? ਗ੍ਰੈਜੂਏਸ਼ਨ ਕੀਤੀ ਆ, ਬੀ ਕੌਮ ਕੀਤੀ ਹੋਈ ਆ, ਐ ਮੂੰਹ ਨਹੀਂ ਕਰਨਾ ਵਿਚਾਰਿਆਂ ਦੇ ਵਾਲਾ, ਸਟਰੋਂਗ ਇੱਕ ਜੀ ਹੋਰ ਇਹਨਾਂ ਦੀ ਹੈਲਪ ਕਰ ਸਕਦੇ ਜੇ ਕੋਈ ਦਿੱਲੀ ਚ ਰਹਿੰਦੇ, ਸਾਡੀ ਗੱਲ ਸੁਣਿਓ, ਇਹਨਾਂ ਵੱਲੋਂ ਕੇਸ ਚੱਲਦਾ ਆਪਣੇ ਸਹੁਰਿਆਂ ਤੇ ਜਾਂ ਕੀ ਤੇ ਸਾਨੂੰ ਨੀ ਪਤਾ ਕੀ ਕੇਸ ਚੱਲਦਾ, ਉਹਨਾਂ ਨੇ ਪਾਇਆ ਸੀ, ਡਿਵੋਰਸ ਤਾਂ ਡੈਥ ਹੀ ਹੋ ਗਈ, ਡਿਵੋਰਸ ਕਿਹਦੇ ਨਾਲ ਹੁਣ, ਪਹਿਲਾਂ ਪਾਇਆ ਸੀ ਜਿਉਂਦੇ ਜੀ, ਜਿਹੜਾ ਪਹਿਲਾਂ ਵਿਆਹ ਹੋਇਆ ਸੀ ਇੱਥੇ ਉਹਨਾਂ ਦਾ, ਖਰਚੇ ਦਾ ਬੱਚਾ ਉਹਦਾ ਵਾ,
ਬੱਚਾ ਦੂਸਰੇ ਵਾਲੇ ਜਿਹੜਾ ਜਿਹਨੇ ਸੁਸਾਈਡ ਕਰ ਲਿਆ। ਹੁਣ ਉੱਥੇ ਗਏ ਰਜਿੰਦਰ ਸਿੰਘ ਜੀ, ਤਰੀਕ ਸੀਗੀ, ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਨੂੰ ਉੱਥੇ। ਬੜਾ ਔਖਾ ਕਹਿ ਕੇ ਉੱਥੋਂ ਛੁਡਾ ਕੇ ਮੈਡੀਕਲ ਭੇਜਿਆ, ਇੱਥੋਂ ਫਿਰ ਇਹਨਾਂ ਨੂੰ ਛੱਡਿਆ। ਵੀ ਇਹਨਾਂ ਦੀ ਬੇਟੀ ਵੀ ਇੱਥੇ ਐਡਮਿਟ ਸੀ ਸਾਡੇ ਕੋਲੇ, ਇਹ ਆਏ ਵਾਪਸ, ਇੰਨੇ ਅਪਸੈਟ ਸੀਗੇ। ਥੋੜੇ ਦਿਨਾਂ ਬਾਅਦ ਇਹ ਵੀ ਸਾਡੇ ਨਾਲ ਲੜਨ ਲੱਗ ਗਏ ਵੀ ਅਸੀਂ ਤਾਂ ਵਾਪਸ ਜਾਣਾ, ਸਾਡੀ ਤਾਂ ਕੋਰਟ ਤਰੀਕ ਆ। ਉਧਰੋਂ ਜਸ ਭੈਣ ਜੀ ਨੇ ਇਹਨੂੰ ਭੇਜਿਆ ਸੀ, ਲੈ ਕੇ ਆਈ ਸੀ ਉਹ ਵਿਚਾਰੀ ਦਿੱਲੀ ਤੋਂ ਜਾ ਕੇ ਲੈ ਕੇ ਆਈ ਇਹਨਾਂ ਨੂੰ, ਆਪ ਉੱਥੋਂ ਗੱਡੀ 'ਚ ਜਾ ਕੇ ਲੈ ਕੇ ਆਈ ਭੈਣ, ਆਪਣੇ ਹਸਬੈਂਡ ਨੂੰ ਨਾਲ ਲੈ ਕੇ ਗਈ। ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਮਨਾਬ ਨੂੰ ਉੱਥੋਂ ਲੈ ਕੇ ਆਈ ਦਿੱਲੀ ਤੋਂ, ਇੱਥੇ ਲਿਆ ਕੇ ਇੱਥੇ ਛੱਡ ਕੇ 15-10-12 ਦਿਨ ਹੀ ਹੋਏ ਸੀ। ਉਹ ਭੈਣ ਦਾ ਬੇਟਾ ਐਂਬੂਲੈਂਸ ਲੈ ਕੇ ਯੂਪੀ ਕੋਈ ਡੈਥ ਹੋ ਗਈ ਸੀ, ਡੈਡ ਬੋਡੀ ਛੱਡਣ ਗਿਆ ਸੀ, ਖਰੀ ਮਰੀਜ਼ ਛੱਡਣ ਗਿਆ ਸੀ। ਰਸਤੇ 'ਚ ਉਹਨੂੰ ਨੀਂਦ ਆ ਗਈ, ਉਹਨੇ ਗੱਡੀ ਪੈਟਰੋਲ ਪੰਪ 'ਤੇ ਲਾਈ, ਸ਼ਾਇਦ ਵਾਰਾਣਸੀ ਕੋਲੇ ਜਾਂ ਅਯੁੱਧਿਆ ਉੱਧਰ ਹੀ ਕਿਤੇ, ਅਤੇ ਗੱਡੀ ਪੈਟਰੋਲ ਪੰਪ 'ਤੇ ਲਾ ਕੇ 18-19 ਸਾਲ ਦੀ ਉਮਰ ਮੁੰਡੇ ਦੀ, ਯੰਗ ਮੁੰਡਾ, ਇਕੱਲਾ ਹੀ ਗਿਆ ਸੀ ਛੱਡਣ, ਅਤੇ ਗੱਡੀ 'ਚ ਸੌਂ ਗਿਆ। ਨੀਂਦ ਬਾਹਲੀ ਆਉਂਦੀ ਸੀ, ਮੰਨ ਲਓ 16-17 ਘੰਟੇ ਡਰਾਈਵ ਕੀਤੀ ਸੀ, ਗੱਡੀ 'ਚ ਸੁੱਤੇ ਪੈ ਦੀ ਉਹ ਡੈਥ ਹੋ ਗਈ ਉਹਦੀ। ਬੱਚਾ ਸੀ, ਧਿਆਨ ਨਹੀਂ ਦਿੱਤਾ, ਜਾਂ ਸ਼ੀਸ਼ੇ ਚਾੜ ਲਏ, ਜਾਂ ਰੱਬ ਜਾਣਦਾ ਕਿਸੇ ਨੇ ਕੁਛ ਇਹੋ ਜਿਹਾ ਕਰਤਾ, ਗੱਡੀ ਲੌਕਡ ਸੀ ਅੰਦਰੋਂ ਅਤੇ ਅੰਦਰ ਪਿਆ, ਡੈਥ ਹੋ ਗਈ। ਗੱਡੀ ਸਟਾਰਟ ਖੜੀ, ਆਸੇ ਪਾਸੇ ਲੋਕਾਂ ਨੇ ਦੇਖਿਆ ਵੀ ਮੁੰਡਾ ਅੰਦਰ ਪਿਆ, ਖੜਕਾਇਆ, ਹਿਲਾਇਆ, ਫਿਰ ਲੋਕ ਇਕੱਠੇ ਹੋਏ, ਰੌਲਾ ਪਿਆ, ਗੱਡੀ 'ਚੋਂ ਕੱਢਿਆ, ਨੰਬਰ ਕੱਢੇ, ਘਰੇ ਫੋਨ ਕੀਤੇ, ਅਤੇ ਜਸ ਭੈਣ ਦਾ ਵਿਚਾਰੀ ਦਾ, ਗੁਰਸਿੱਖ ਭੈਣ ਦਮਾਲੇ ਵਾਲੀ ਜਿਹੜੀ ਇਹਨਾਂ ਨੂੰ ਲੈ ਕੇ ਆਈ ਸੀ ਸਿਵਲ ਹਸਪਤਾਲ ਦੇ ਵਿੱਚ, ਅਨਨੋਨ ਲੋਕਾਂ ਦੀ ਮਦਦ ਕਰਦੀ ਜਿਨ੍ਹਾਂ ਦਾ ਕੋਈ ਨਹੀਂ ਅੱਗੇ ਪਿੱਛੇ। ਭੈਣ ਦਾ ਜਵਾਨ ਪੁੱਤ 19-20 ਸਾਲ ਦਾ ਦੁਨੀਆਂ ਤੋਂ ਤੁਰ ਗਿਆ। ਪਰਮਾਤਮਾ ਸਾਡੀ ਛੋਟੀ ਭੈਣ ਨੂੰ ਹਿੰਮਤ ਬਖਸ਼ਣ, ਭਾਣਾ ਮੰਨਣ ਦਾ ਬਲ ਬਖਸ਼ਣ। ਤੇ ਉਹ ਭੈਣ ਲੈ ਕੇ ਆਈ ਸੀ ਇਹਨਾਂ ਨੂੰ ਇੱਥੇ, ਤੇ ਫਿਰ ਜਦੋਂ ਇੱਥੋਂ ਸਾਡੇ ਕੋਲ ਚਲੇ ਗਏ ਤਿੰਨੋਂ ਹੀ, ਉੱਥੇ ਗਏ ਫਿਰ ਪੁਲਿਸ ਨੇ ਅਰੈਸਟ ਕਰ ਲਏ ਤਿੰਨੋਂ ਹੀ। ਬੱਚੀ ਵੀ ਨਿੱਕੀ ਜੀ ਸਣੇ ਠਾਣੇ, ਫਿਰ ਪਤਾ ਨਹੀਂ ਕਿਵੇਂ ਕਰਕੇ ਛੁੱਟ ਕੇ ਆਏ। ਫਿਰ ਕੀ ਹੋਇਆ ਜੀ? ਆਪਣੀ ਗੱਡੀ 'ਚ ਬਿਠਾ ਕੇ ਲੈ ਗਏ ਸੀ ਮੈਜਿਸਟ੍ਰੇਟ ਕੋਲ, ਫਿਰ ਅੱਗੇ ਤਰੀਕ ਦੇਤੀ ਆ। ਕਿੰਨੀ ਤਰੀਕ? 15 ਜੁਲਾਈ, ਅਗਲੇ ਮਹੀਨੇ, ਅਗਲੇ ਮਹੀਨੇ ਦੀ 15 ਜੁਲਾਈ ਦੀ ਤਰੀਕ ਆ। ਇੱਕ ਤਾਂ ਪਹਿਲਾਂ ਹੀ ਦੋਨੋਂ ਡਿਪਰੈਸ਼ਨ 'ਚ ਨੇ, ਨਿੱਕੀ ਜੀ ਬੱਚੀ ਆ ਮਗਰ ਨਾਲ, ਅਤੇ ਉੱਧਰੋਂ ਕੋਰਟ ਕਚਹਿਰੀ ਦੀਆਂ ਤਰੀਕਾਂ। ਅਤੇ ਦਿੱਲੀ 'ਚ ਜੇ ਕੋਈ ਵੀਰ ਸਾਡੀ ਵੀਡੀਓ ਨੂੰ ਦੇਖਦਾ ਤਿਲਕ ਨਗਰ, ਤਾਂ ਥੋੜ੍ਹੀ ਬਹੁਤ ਇਹਨਾਂ ਦੀ ਹੈਲਪ ਕਰੋ, ਕੋਈ ਚੰਗਾ ਵਕੀਲ ਹੀ ਮਿਲਾ ਦਿਓ। ਇਹਨਾਂ ਕੋਲ ਤਾਂ ਐਡਵੋਕੇਟ ਕਰਨ ਲਈ ਵੀ ਪੈਸੇ ਨਹੀਂ, ਨਾ ਪਤਾ ਐਡਵੋਕੇਟ ਕਿਵੇਂ ਆ, ਕੌਣ ਆ, ਕਿੱਧਰ ਨੂੰ ਕੇਸ ਚੱਲਦਾ, ਕੇਸ ਦੀ ਕੀ ਸਥਿਤੀ ਆ, ਕੇਸ ਕਿਸ ਪੋਜੀਸ਼ਨ 'ਤੇ ਖੜਾ, ਗਵਾਹੀਆਂ 'ਤੇ ਆ ਜਾਂ ਫੈਸਲੇ 'ਤੇ ਆ, ਇਹਨਾਂ ਨੂੰ ਕੁਛ ਨਹੀਂ ਪਤਾ। ਹਾਂ ਕਿੱਤੂ ਭੈਣੇ, ਹਾਂ ਕਰਦੇ ਹਾਂ ਗੱਲ, ਕਰਦੇ, ਚਲੋ ਕੀ ਲੈਣਾ? ਆ ਲੈਣਾ ਦੇ ਦੇ ਭੈਣੇ, ਆ ਦੇ ਦੇ ਮੈਨੂੰ, ਦੇ ਦੇ ਚਿੱਟੂ ਨੂੰ ਦੇਣਾ ਵਾ ਵਿਦਿਆ, ਆ ਕਿੱਟੂ ਨੂੰ ਦੇ ਦਈਏ ਆਪਾਂ, ਲੈ ਤੈਨੂੰ ਮੈਂ ਹੋਰ ਕੋਈ ਚੀਜ਼ ਦੇਵਾਂ ਵਿਦਿਆ, ਖਿਡਾਉਣਾ ਦੇ, ਕੋਈ ਟੌਫੀ ਕੈਂਡੀ ਦੇ ਦੋ ਕੋਈ। ਮਾਮੂ ਕੋਲ ਜਾਣਾ, ਮਾਮੂ ਕੋਲ ਜਾਣਾ, ਤੂੰ ਮੇਰੀ ਵਿਦਿਆ ਨੇ ਮਾਮੂ ਕੋਲ ਜਾਣਾ, ਮਾਮੂ ਕੋਲ ਜਾਣਾ, ਮਾਮੂ ਕੋਲ ਲਾ ਲਓ, ਲਾ ਲਓ ਇਹਨੂੰ ਵਧੀਆ ਗਿਫਟ ਦੇ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ
ਟੂ ਯੂ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਲੈ ਬੇਬੇ ਆਪਦੀ ਪੋਤੀ ਨੂੰ ਬਿਠਾ ਲਾ ਭਾਈ ਗੋਦੀ ਚ 2 ਮਿੰਟ। ਆਜਾ ਗੁਰਦੇਵਜੀਤ, ਕਿਵੇਂ ਗੁਰਦੇਵਜੀਤ, ਠੀਕ ਆ ਵੀਰੇ? ਹੁਣ ਇਹ ਕੌਣ ਆ? ਮੰਮੀ ਆ। ਆ ਕੌਣ? ਇਹਦਾ ਕੀ ਨਾਂ? ਇਹਦਾ ਨਾਂ ਹੈਗਾ ਵਿਦਿਆ। ਇਹ ਮੇਰੀ ਭਾਣਜੀ ਆ, ਅਮਨ ਵਾਲੀ ਕੁੜੀ, ਜਿਹੜੀ ਅਮਨ ਗੁਰੂ ਹਰਸਾ ਵਾਲੀ ਉਹਦੀ ਬੇਟੀ ਆ। ਦੇਖੋ ਜੀ ਗੁਰਦੇਵਜੀਤ ਵੀਰਾ ਕਿੰਨਾ ਠੀਕ ਆ। ਵੀਡੀਓ ਦਾ ਲਿੰਕ ਪਾਵਾਂਗੇ ਅਸੀਂ, ਇਹ ਵੀ ਨਾਲ ਦੇਖਿਓ ਗੁਰਦੇਵਜੀਤ ਵੀਰਾ ਉਦੋਂ ਤੇ ਅੱਜ ਚ ਕੀ ਫਰਕ ਆ। ਗੁਰਦੇਵਜੀਤ ਹੁਣ ਕੋਈ ਕੰਮ ਕਾਰ ਕਰੇਗਾ ਘਰੇ? ਕੀ ਕਰੇਗਾ ਜਾ ਕੇ? ਪਲਾਈ ਕੀ? ਟਰੱਕ ਚ ਲਗਾਉਣਾ ਹੁੰਦਾ। ਪਲਾਈਆਂ ਦੀ ਫੈਕਟਰੀ ਆ ਕੋਈ ਨੇੜੇ ਹੀ ਆ? ਤੇ ਸੁਰਸਿੰਘ ਵਾਲੇ ਵੀਰਾਂ ਨੂੰ ਸਾਡੀ ਬੇਨਤੀ ਆ ਜਿਹੜੇ ਛੱਡ ਕੇ ਗਏ, ਬਾਈ ਮਿਲ ਕੇ ਜਾ ਗਿਆ ਰੱਖ। ਹੁਣ ਗੁਰਦੇਵਜੀਤ ਬਾਈ ਬਿਲਕੁਲ ਠੀਕ ਆ। ਮਾਂ ਵੀ ਹੁਣ ਕਹਿੰਦੀ ਰਹਿੰਦੀ ਮੈਂ ਘਰੇ ਜਾਣਾ, ਸਿਆਲਾਂ 'ਚ ਤਾਂ ਅਸੀਂ ਇਹਨੂੰ ਟਿਕਾਈ ਰੱਖੇ ਬੇਬੇ ਠੰਡ ਆ, ਹੁਣ ਅਸੀਂ ਇਹ ਕਹਿ ਕੇ ਟਿਕਾਈ ਬੈਠੇ ਬੇਬੇ ਗਰਮੀ ਬਹੁਤ ਆ ਰੁਕ ਜਾ। ਤੇ ਪਰ ਹੁਣ ਬੇਬੇ ਠੀਕ ਆ ਘਰੇ, ਕਿਉਂਕਿ ਅੱਖਾਂ ਦਾ ਅਸੀਂ ਸਾਰੇ ਚੈੱਕ ਕਰਾ ਲਿਆ, ਕੋਈ ਹੱਲ ਹੈ ਨਹੀਂ, ਪਿੱਛੇ ਲੈਟ ਜਾ ਚੁੱਕੀ। ਪਰ ਅਸੀਂ ਬੇਨਤੀ ਕਰਦੇ ਮਾਂ ਨੂੰ ਵੀ ਇੱਥੇ ਰਹਿ, ਮਾਂ ਨਾ ਜਾ। ਅਸੀਂ ਤਾਂ ਗੁਰਦੇਵਜੀਤ ਨੂੰ ਵੀ ਇਹੀ ਕਹਿੰਦੇ ਹਾਂ ਵੀਰੇ ਇੱਥੇ ਰਹਿ, ਸਾਡੇ ਕੋਲ ਸੇਵਾ ਕਰਾਵੇ ਰਹੀ ਜਾਣ, ਸਾਨੂੰ ਕੋਈ ਦਿੱਕਤ ਨਹੀਂ। ਪਰ ਜ਼ਬਰਦਸਤੀ ਨਹੀਂ ਰੱਖਿਆ ਜਾ ਸਕਦਾ। ਹੁਣ ਜਦੋਂ ਮਾਂ ਛੁੱਟੀ ਮੰਗਦੀ ਆ ਤੇ ਹਜੇ ਗੁਰਦੇਵਜੀਤ ਤਾਂ ਨਹੀਂ ਉਹਨਾਂ ਕਹਿੰਦਾ, ਪਰ ਮਾਂ ਨੂੰ ਫਿਰ ਵੀ ਆਪਣੇ ਘਰ ਦੀਆਂ ਯਾਦਾਂ ਹਨ, ਜਿੱਥੇ ਵਿਆਹ ਕੇ ਆਈ ਸੀਗੀ, ਜਿਸ ਘਰ 'ਚ ਢੁੱਕੀ ਸੀਗੀ ਆ ਕੇ ਬਰਾਤ ਬੇਬੇ ਦੀ, ਤੇ ਮਾਂ ਨੂੰ ਤਾਂ ਹੁੰਦਾ ਹੀ ਆ ਵੀ ਮੈਂ ਜਾਵਾਂ ਉਸ ਘਰ ਵਿਹੜੇ ਤੇ ਗੁਰਦੇਵਜੀਤ ਦਾ ਵਿਆਹ ਹੋਵੇ ਇੱਕ ਦਿਨ, ਹੈ ਸੱਦਾ ਆਵਾਂਗੇ ਅਸੀਂ, ਸੱਦਾਂਗੇ। ਉਹੀ ਬਾਈ ਆ, ਉਹ ਤਾਂ ਆਪਾਂ ਭੇਜਦੇ ਸੀ ਵੀਰੇ ਹੁਣੀ ਸਾਜਨ। ਹੈਲੋ ਸਾਜਨ, ਕੀ ਹਾਲ ਹੈ ਵੀਰੇ? ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਉਹ ਮਾਤਾ ਗੁਰਮੀਤ ਕੌਰ ਜਿਨ੍ਹਾਂ ਦੀ ਅੱਖਾਂ ਨਹੀਂ ਸੀ ਹੈਗੀਆਂ, ਦੀਦੀਆਂ ਨਹੀਂ ਸੀ, ਦੀਦਾਂ ਨਹੀਂ ਸੀ, ਬਲਾਇੰਡ ਸੀ ਮਾਂ, ਤੇ ਨਾਲ ਉਹਨਾਂ ਦਾ ਬੇਟਾ ਸੀਗਾ ਨਾ। ਗੁਰਦੇਵਜੀਤ ਸਿੰਘ, ਹਾਂਜੀ, ਉਹ ਘਰੇ ਜਾਣਾ ਚਾਹੁੰਦਾ, ਕਹਿਣ ਚਾਹ ਤਾਂ ਪਿਛਲੇ 6 ਮਹੀਨੇ ਤੋਂ ਰਹੇ, ਪਰ ਚਲੋ ਅਸੀਂ ਰੋਕੀ ਰੱਖਿਆ, ਸਾਨੂੰ ਐਂ ਸੀ ਵੀਰਾ ਠੀਕ ਨਹੀਂ ਪੂਰਾ। ਹੁਣ ਗੁਰਦੇਵਜੀਤ ਵੀਰਾ ਵੀ ਠੀਕ ਆ, ਪਰ ਮਾਂ ਜਾਣ ਦੀ ਕਾਹਲੀ ਕਰਦੀ ਆ। ਕਈ ਵਾਰ ਕਹਿ ਚੁੱਕੀ ਆ ਬੇਬੇ ਜਾਣਾ ਜਾਣਾ, ਅਸੀਂ ਟਾਲੀ ਜਾਂਦੇ ਸੀਗੇ, ਬੇਨਤੀ ਸੀ ਵੀ ਜਾਂ ਤਾਂ ਗੇੜਾ ਮਾਰ ਜਾਓ, ਮਿਲ ਜਾਓ ਵੀਰੇ ਆ ਕੇ। ਜੀ ਠੀਕ ਆ ਬਾਈ, ਠੀਕ ਆ, ਓਕੇ ਬਾਈ, ਓਕੇ ਸਾਜਨ ਜੀ, ਧੰਨਵਾਦ ਜੀ, ਧੰਨਵਾਦ। ਮਾਂ ਉਹ ਆਊਗੇ ਜਿਹੜੇ ਉਹ ਪੁਲਿਸ ਦੇ ਵਿੱਚ ਨਹੀਂ ਗਾ ਬਾਈ, ਉਹ ਆ ਕੇ ਜਾਊਗੇ, ਉਹ ਕਹਿੰਦੇ ਲੈ ਕੇ ਜਾਣਗੇ ਆ ਕੇ, ਠੀਕ ਆ। ਹਾਂ ਇਹਦਾ ਮਾਸੜ ਜਿਹੜਾ ਪੁਲਿਸ ਚ ਆ, ਰਿਸ਼ਤੇਦਾਰ ਤੁਹਾਡਾ, ਹਾਂ ਉਹ ਆਉਣਗੇ, ਉਹ ਕਹਿੰਦੇ 1-2 ਦਿਨਾਂ ਦੇ ਵਿੱਚ ਅਸੀਂ ਭੇਜਦੇ, ਥੋੜੇ ਦਿਨਾਂ ਦੇ ਵਿੱਚ, ਦਿਨ ਤਾਂ ਨਹੀਂ ਉਹਨਾਂ ਨੇ ਦੱਸਿਆ ਕੋਈ, ਕਹਿੰਦੇ ਮੈਂ ਉਹਨਾਂ ਨਾਲ ਗੱਲ ਕਰਦਾ ਵੀ ਉਹ ਆਉਣਗੇ, ਠੀਕ ਆ ਮਾਂ। ਕੋਈ ਨਾ, ਹੁਣ ਉਹਨਾਂ ਨੂੰ ਪਤਾ ਲੱਗ ਜੂ, ਆਪਾਂ ਐਡਰੈਸ ਭੇਜਤਾ, ਵਟਸਐਪ ਕਰ ਦਿੰਦੇ ਸਾਰਾ ਕੁਝ, ਠੀਕ ਆ ਮਾਂ। ਇਹਦੀ ਗੁਰਦੇਵਜੀਤ ਦੀ ਮਾਸੀ, ਉਹ ਕਿੱਥੇ ਵਿਆਹੀ ਆ? ਉੱਥੇ ਰਹਿੰਦੇ ਨੰਬਰ ਸਾਰੇ ਜਿੱਥੇ ਨੌਕਰੀ ਕਰਦੇ ਆ ਨਾ, ਉਹਦੇ ਨਾਂ ਕੇ ਲਈ ਦਾ 70 ਦਾ ਥਾਣਾ ਨਾ, ਉਹਦੇ ਚ ਲੱਗਾ ਇਹਦਾ ਮਾਸੜ ਜੀ।
ਤੇ ਆਪ ਤੇ ਉੱਥੇ ਰਹਿੰਦੇ ਪਿੱਛੇ ਸ਼ਹਿਰ ਚ। ਕੁਆਟਰ ਮਿਲੇ ਹੋਏ ਪੁਲਿਸ ਵਾਲੇ ਕੁਆਟਰ ਹੀ ਨਹੀਂ, ਉੱਥੇ ਇਹਨਾਂ ਨੇ ਆਪ ਕੋਠੀ ਪਾਈ। ਅੱਛਾ ਤੇ ਪਿੰਡ ਇਹਦਾ ਹੈਗਾ ਵਾ ਉਧਰ, ਉਹਦੇ ਨਾਮ ਸ਼ਾਹਪੁਰ। ਸਹੁਰਾ ਤੇ ਦੂਜੇ ਸਾਰੇ ਜਿਹੜੇ ਨੌਕਰੀ ਕਰਦੇ ਸਾਰੇ ਮੁਲਾਜ਼ਮ ਆ, ਸਹੁਰਾ ਇਕੱਲਾ ਘਰ ਵਾਹੀ ਕਰਦਾ। ਠੇਕੇ ਠਾਕੇ ਤੇ ਦਿੱਤੀ ਪੈਲੀ, ਉਹ ਹੁਣ ਰਿਟਾਇਰ ਹੋ ਗਿਆ ਨਾ, ਹੈਡ ਮਾਸਟਰ ਸੀ ਨਾ ਪੰਜਾਬੀ ਦਾ। ਇਹ ਹੁਣ ਆਪੋ ਆਪਣੇ ਸਾਰੇ ਜਣੇ ਤਿੰਨੇ ਭਰਾ ਆਪੋ ਆਪਣੇ ਕੰਮਾਂ ਦੇ ਲੱਗੇ ਤੇ ਆਪੋ ਆਪਣੀ ਜੀਆ ਜਾਂਦੇ ਉਹਨਾਂ ਦੇ ਕੋਲ। ਇੱਕ ਜਣਾ ਘਰ ਆ ਤੇ ਇੱਕ ਜਣਾ ਹਸਪਤਾਲ ਦੇ ਵਿੱਚ। ਹਾਂਜੀ ਪਾਪਾ ਜੀ, ਅੱਛਾ ਕੋਈ ਨਾ ਆਉਣਗੇ ਫਿਰ, ਠੀਕ ਆ। ਹਾਂ ਚੱਡੀਏ ਜੀ ਪਾਪਾ ਜੀ, ਕੋਈ ਪਾਰੋ ਨੀ ਕੀ ਕਰਤਾ, ਪਾਰੋ ਨੀ ਕਰਤਾ, ਪਾਰੋ ਕਹਿੰਦੇ ਆਰਤੀ ਆ ਕਿੱਥੋਂ ਮੇਰੀ ਧੀ ਆ ਕਿੱਥੋਂ ਆ ਕਿੱਥੇ ਆ ਕਿੱਥੇ ਆ ਜਾ ਤੂੰ ਵੀ ਆ ਜਾ। ਬਾਈ ਜੀ ਕਿੱਥੇ, ਮੇਰੇ ਬਾਈ ਜੀ ਕਿੱਥੇ, ਮੇਰੇ ਬਾਈ ਜੀ ਕਈ ਦੇਖਦੇ ਹੋਣੇ ਆ ਵੀ ਇਹ ਬੱਚੀ ਨਵੀਂ ਕਿੱਥੋਂ ਆ ਗਈ। ਕਿੱਟੂ ਇਹਦਾ ਨਾਂ, ਪੂਰਾ ਨਾਂ ਇਹਦਾ ਹੈਗਾ ਜਸਲੀਨ ਕੌਰ। ਹਾਂ ਉਤਰ, ਹਾਂ ਪੁੱਤ ਉਤਰ। ਹਾਂ ਕੀ ਹੋਇਆ ਕੀਰਤ, ਕੀ ਹੋ ਗਿਆ? ਜਸਲੀਨ ਕੌਰ ਹੈ ਇਹਦਾ ਨਾਂ, ਹਨਾ। ਤੇ ਆਹ ਪਾਰੂ ਆ ਸਾਡੀ। ਹਾਂ ਤੇ ਜਸਲੀਨ ਕੌਰ ਦੇ ਮੰਮੀ ਜੀ, ਪਾਪਾ, ਚਲੋ ਉਤਰੋ ਸਭ। ਉਹ ਜਸਲੀਨ ਉਤਰ, ਮਾਰੋ ਛਾਲਾ, ਓਏ ਮਾਰੋ ਛਾਲਾ, ਮਾਰੋ ਛਾਲਾ। ਇਹਦਾ ਪਾਪਾ ਇੱਥੇ ਰਹਿੰਦਾ ਨਾਲ ਹੀ ਸਾਡੇ, ਜਸਲੀਨ ਦੇ ਪਾਪਾ ਇੱਥੇ ਹੀ ਆ। ਉਹ ਵਾਕਰ ਨਾਲ ਚੱਲਦੇ, ਚੂੜਾ ਟੁੱਟਿਆ ਹੋਇਆ ਸੀ ਉਹਨਾਂ ਦਾ, ਬਹੁਤ ਮਾੜੀ ਹਾਲ ਸੀ ਵੀਰਾ। ਟੀਕੇ ਲਾਉਂਦਾ ਸੀ ਚਿੱਟੇ ਦੇ, ਜ਼ਖਮ ਹੋ ਗਏ ਸੀ ਬਾਈ ਦੇ ਆਹ ਜਗ੍ਹਾ ਤੇ ਕੁੱਲੇ ਤੇ, ਇੱਥੇ ਬਹੁਤ ਵੱਡਾ ਟੀਕੇ ਲਾਉਣ ਕਰਕੇ। ਹੁਣ ਠੀਕ ਆ ਬਾਈ ਜੀ, ਤੇ ਦੋਨੇ ਬੇਟੀ ਇੱਧਰ ਸਾਡੇ ਕੋਲ ਰਹਿੰਦੀ, ਬੀਬੀ ਵਾਲੇ ਪਾਸੇ, ਭੈਣ ਵਾਲੇ ਪਾਸੇ। ਉਹਦੀ ਵੀਰੇ ਦੀ ਗਿਣਤੀ ਉੱਧਰ ਆ ਬਾਹਰ ਟੈਂਪਰੇਰੀ ਵਾਰਡ 'ਚ। ਤੇ ਹਾਂ ਭੈਣੇ ਫਾਤਿਮਾ, ਸਲਾਮ ਵਾਲੇਕੁਮ। ਔਰ ਫਾਤਿਮਾ ਦੀ ਠੀਕ ਹੋ? ਨਮਾਜ਼ ਪੜ੍ਹਦੇ ਹੋ ਕਿ ਨਹੀਂ? ਕਲਮਾ ਵਗੈਰਾ ਪੜ੍ਹਦੇ ਨਹੀਂ ਹੋ? ਨਹੀਂ ਪੜ੍ਹਦੇ? ਅੱਲਾਹ ਤਾਲਾ ਕੋ ਯਾਦ ਤੋ ਕਰੋ ਨਾ, ਨਬੀ ਕੋ ਯਾਦ ਕਰਨਾ ਤੋ ਜ਼ਰੂਰੀ ਹੈ ਨਾ। ਅੱਲਾਹ ਕੀ ਰਹਿਮਤ ਹੈ, ਜਿੰਦਾ ਹੈ, ਖਾਣਾ ਦਾਣਾ ਮਿਲ ਰਿਹਾ ਹੈ, ਅੱਲਾਹ ਕੀ ਮਰਜ਼ੀ ਹੈ, ਸਵਾਸ ਆ ਰਹੇ ਹੈ, ਠੀਕ ਹੈ ਨਾ। ਤੋ ਅੱਲਾਹ ਕਾ ਨਾਮ ਲੈਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਅੱਲਾਹ ਤਾਲਾ ਕਾ ਸ਼ੁਕਰਾਨਾ ਕਰਾ ਕਰੋ, ਦੁਆ ਕਰਾ ਕਰੋ। ਵਤਨ ਭੇਜੇਂਗੇ, ਆਏ ਕੋ ਥਾ ਤੁਮਾਰੇ ਲੈਣੇ ਤੇਰੇ ਕੋ, ਬੋਲੇ ਕਾ ਨਹੀਂ ਗਏ, ਬੋਲਤੇ ਕਬ ਆਏਂਗੇ, ਫਿਰ ਆਏਂਗੇ, ਫਿਰ ਲੈ ਜਾਏਂਗੇ, ਠੀਕ ਹੈ। ਹਮਨੇ ਵੀ ਇਸ ਲਈ ਨਹੀਂ ਭੇਜਾ ਤੇਰੇ ਕੋ, ਫਿਰ ਵਹਾਂ ਪੇ ਪਰੇਸ਼ਾਨੀ ਹੋਗੀ। ਹਾਂ ਭੇਜ ਦੇਂਗੇ ਤੇਰੇ ਵਤਨ ਕੋ, ਠੀਕ ਹੈ। ਫਾਤਿਮਾ ਭੈਣ, ਤੁਸੀਂ ਦੇਖਿਆ ਸੀ ਕਿਹੜੀ ਕੰਡੀਸ਼ਨ ਸਾਨੂੰ ਮਿਲੇ ਸੀਗੇ, ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਦੇ ਮੈਂਬਰ, ਇਹਨਾਂ ਦੀ ਸਿਸਟਰ ਆ ਕੇ ਮਿਲ ਕੇ ਵੀ ਗਏ ਆ, ਪਰ ਉਹ ਲੈ ਕੇ ਨਹੀਂ ਗਏ। ਉਹ ਕਹਿੰਦੇ ਅਸੀਂ ਸੰਭਾਲ ਨਹੀਂ ਸਕਦੇ। ਓਏ ਸਲਾਮ ਵਾਲੇਕਮ ਦੀਦੀ, ਹੋਰ ਕਿੱਦਾਂ? ਰਿਹਾਨਾ ਭੈਣ ਠੀਕ ਹੈ? ਇਹ ਰਿਹਾਨਾ ਖਾਨ ਭੈਣ ਆ। ਰਿਹਾਨਾ ਖਾਨ ਭੈਣ ਸਾਨੂੰ ਜਲੰਧਰ ਸਿਵਲ ਹਸਪਤਾਲ ਤੋਂ ਮਿਲੇ ਸੀ। ਇਹਨਾਂ ਦੀ ਇੱਕ ਬਾਂਹ ਹੈ ਨੀ, ਜੜ ਚ ਕੱਟੀ ਹੋਈ ਆ ਬਿਲਕੁਲ। ਇਹ 2017 ਦੇ ਮੈਂਬਰ ਆ, ਸਭ ਤੋਂ ਪਹਿਲੇ ਮਹਾਨਾ ਤੇ ਰਚਨਾ, ਇਹ ਦੋਨੋਂ ਇਕੱਠੀਆਂ ਆਈਆਂ ਸੀ, 5-6 ਦਿਨਾਂ ਦਾ ਹੀ ਫਰਕ ਸੀ। ਰਚਨਾ ਭੈਣ ਨੂੰ ਅਸੀਂ
ਲੈਣ ਗਏ ਸੀ ਉਹਦੇ ਭਰਾ ਨੂੰ ਵਿੱਕੀ ਨੂੰ। ਅਸੀਂ ਸੋਚਿਆ ਰਚਨਾ ਭੈਣ ਨੂੰ ਫੀਮੇਲ ਆਸ਼ਰਮ 'ਚ ਕਿਤੇ ਛੱਡ ਦਾਂਗੇ ਅਤੇ ਵਿੱਕੀ ਨੂੰ ਇੱਥੇ ਰੱਖ ਲਾਂਗੇ, ਪਰ ਉਹ ਦੋਨਾਂ ਨੂੰ ਇਕੱਠਿਆਂ ਰੱਖਣਾ ਮਜਬੂਰੀ ਬਣ ਗਈ। ਜੇ ਉਹਨਾਂ ਨੂੰ ਅਲੱਗ ਕਰਦੇ ਸੀਗੇ ਤਾਂ ਉਹ ਚੀਕਾਂ ਮਾਰਦੇ ਸੀ ਦੋਨੋਂ, ਅਤੇ ਅਸੀਂ ਇੱਕ ਤੰਬੂ ਲਾ ਲਿਆ, ਦੋਨਾਂ ਨੂੰ ਰੱਖ ਲਿਆ ਅਤੇ ਹਜੇ ਉਹਨਾਂ ਨੂੰ ਰੱਖਿਆ ਨੂੰ 6-7 ਦਿਨ ਹੀ ਹੋਏ ਸੀ। ਉਹਨਾਂ ਨੂੰ ਨਵਾਉਣ ਵਾਸਤੇ ਇੱਕ ਫੁੱਲਨ ਭੈਣ ਨਵਾ ਜਾਂਦੀ ਸੀ, ਅਤੇ ਉਸੇ ਤਰ੍ਹਾਂ ਹੀ ਸਾਨੂੰ ਉਹ ਫੋਟੋ ਵੀਡੀਓ ਦੇਖ ਕੇ ਹੀ ਸਾਨੂੰ ਸਿਵਲ ਹਸਪਤਾਲ ਜਲੰਧਰ ਤੋਂ ਕਿਸੇ ਨੇ ਕਾਲ ਕੀਤੀ ਵੀ ਉੱਥੇ ਇੱਕ ਭੈਣ ਪਈ ਆ, ਉਹਦੇ ਕੀੜੇ ਪਏ ਹੋਏ ਆ ਬਾਹਰ, ਵੀ ਲੈ ਕੇ ਜਾਵਾਂਗੇ। ਨਾ 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 ਬਾਹਰੋਂ ਧੱਕਾ ਨਹੀਂ ਕਰਨਾ ਪੁੱਤੂ, ਮੈਂ ਸਾਰਿਆਂ ਦਾ ਹੀ ਹਾਂ, ਸਾਰਿਆਂ ਦਾ ਹੀ। ਫਿਰ ਉੱਥੋਂ ਲੈ ਕੇ 22 ਦਿਨ ਹੋ ਗਏ ਜੀ ਭੈਣ ਨੂੰ ਉੱਥੇ ਬਿਨਾਂ ਕੱਪੜਿਆਂ ਤੋਂ ਪਏ, ਕੀੜੇ ਖਾਈ ਜਾਂਦੇ। ਮੈਂ ਕੀਰਤ ਦਾ ਕੀਰਤ ਪੂਜਾ ਨਮਸਤੇ ਹੋਰ ਪੂਜਾ ਠੀਕ ਆ ਤੂੰ? ਪੂਜਾ ਖੜੇ ਹੋ ਕੇ ਦਿਖਾਓ, ਇੱਧਰ ਆਓ। ਇਹ ਪੂਜਾ ਭੱਜੀ ਫਿਰਦੀ ਹੈ, ਲੈ ਲੈ ਕੁੱਟੇ ਆਉਂਦੀ ਆ, ਕਬੱਡੀ ਪਾ ਆਉਂਦੀ ਆ, ਰੇਡ ਪਾ ਕੇ ਭੱਜੀ ਜਾਂਦੀ। ਲਿਵਿੰਗ ਸਰਟੀਫਿਕੇਟ ਦੇ ਦਾਂਗੇ, ਹਸਪੀਟਲ ਦਾ ਲਿਵਿੰਗ ਸਰਟੀਫਿਕੇਟ ਮਿਲ ਜੂਗਾ। ਨੀਲਾ ਭੈਣ ਸਤਿ ਸ੍ਰੀ ਅਕਾਲ, ਝਾੜੂ ਕਿੱਥੇ ਤੇ ਰਾਜ ਲਿਆਓ। ਇਹ ਪੂਜਾ ਇੱਕ ਮਿੰਟ ਕਿੱਥੇ ਆ? ਜ਼ਿਲ੍ਹਾ ਕੌਣ ਸਾ? ਇੱਕ ਮਿੰਟ ਮਾਥੀ ਹੈ, ਮਾਥੀ ਦਵਾ ਦੀ ਹੈ। ਤੇਰਾ ਕੀ ਨਾਮ ਪੂਜਾ? ਪੂਜਾ ਸਕੂਲ ਜਾਂਦੀ ਸੀ ਤੂੰ? ਹਾਂਜੀ ਪਾਪਾ ਜੀ, ਹਾਂ ਇੱਥੇ ਰੱਖ ਦੇ ਪਾਪਾ ਜੀ, ਇੱਥੇ ਰੱਖ ਦੇ। ਮੰਮੀ ਮਾਰਦੀ ਸੀ ਤੇਰੇ ਕੋ? ਰੱਖ ਦੇ ਪੁੱਤ, ਇੱਥੇ ਰੱਖ। ਜਾਨ ਸੇ ਮਾਰਨੇ ਕੋ ਚਾਹਤੀ ਹੈ ਤੇਰੇ ਕੋ? ਕਿਉਂ? ਅੱਛਾ ਮੰਮੀ ਕੁੱਟਦੀ ਆ ਤੈਨੂੰ? ਅੱਛਾ ਟੱਪ ਕੇ
ਅੱਛਾ ਬਿੱਲੀ ਕੋ ਘੁਮਾ ਕੇ ਲਾਤੀ ਹੈ ਤੇਰੇ ਕੋ ਮਾਰਤੀ ਹੈ ਤੇ ਤੇਰੇ ਕੋ ਮੰਮੀ ਕੋ ਲੜਕਾ ਚਾਹੀਏ ਥਾ ਕਿਤਨੇ ਭਾਈ ਹੈ ਤੇਰੇ ਮੰਮੀ ਕੇ ਪਾਸ ਜਾਣਾ ਹੈ ਤੂਨੇ ਮਾਰ ਦਿੱਤੀ ਹੈ ਵੋ ਮਾਰ ਕੇ ਖਤਮ ਕਰ ਦੇਗੀ ਕਿਸ ਕੋ ਤੇਰੇ ਕੋ ਕਿਉਂ ਵੋ ਤੂੰ ਮਾਂ ਹੈ ਮਾਂ ਤੋਂ ਪਾਪਾ ਵੀ ਖੂਨ ਨਿਕਾਲ ਦਿੱਤਾ ਮਾਰ ਕੇ ਔਰ ਦੂਸਰੇ ਭਾਈ ਬਹਿਣ ਕੋ ਵੀ ਮਾਰਤੇ ਹੈ ਤੇਰੇ ਔਰ ਕੋਈ ਭਾਈ ਬਹਿਣ ਹੈ ਤੇਰਾ ਹੋਰ ਬਾਕੀ ਸਾਰਿਆਂ ਨੂੰ ਕੁੱਟਦੇ ਆ ਹੈ ਉਹਨੂੰ ਪਿਆਰ ਕਰਦੇ ਆ ਤੇ ਤੈਨੂੰ ਘਰ ਛੱਡਿਆ ਜੀ ਤੇਰੇ ਹੁਣ ਅਸੀਂ ਅੱਛਾ ਡਰਦੀ ਜਾਂਦੀ ਨੀ ਤੈਨੂੰ ਖਤਮ ਕਰ ਦੇਣਗੇ ਹੈ ਕੋਈ ਨਾ ਤੂੰ ਇੱਥੇ ਰਹਿ ਪਾ ਸਾਡੇ ਕੋਲੇ ਪੂਜਾ ਠੀਕ ਹੈ ਭੈਣੇ ਨਹੀਂ ਜਾਣਾ ਤੂੰ ਮੰਮੀ ਕੋਲੇ ਠੀਕ ਇੱਥੇ ਰਹਿਣਾ ਇੱਥੇ ਖੁਸ਼ ਆ ਤੂੰ ਠੀਕ ਹੈ ਇੱਥੇ ਲੈ ਪਾ ਇਹ ਕਿੱਥੋਂ ਮਿਲੀ ਸੀ ਆਪਾਂ ਨੂੰ ਪੂਜਾ ਛੱਡ ਕੇ ਗਏ ਸੀ ਕੋਈ ਬੰਦੇ ਓਹੀ ਗੱਲ ਆ ਗਈ ਜੀ ਜਿਹੜੀ ਚੀਜ਼ ਖਰਾਬ ਆ ਨਾ ਜਿਹੜੀ ਬੇਲੋੜੀ ਆ ਛੁੱਟ ਦੋ ਖਤਮ ਕਰ ਦੋ ਉਹਦੀ ਲੋੜ ਹੀ ਨਹੀਂ ਤੇ ਹੁਣ ਸਾਡੀ ਮਾਂ ਦੇਖ ਲੋ ਕਿੰਨੀ ਸਪੋਰਟ ਕਰਦੀ ਹੈ ਮਾਂ ਸਤਿ ਸ੍ਰੀ ਅਕਾਲ ਹੋਰ ਤੁਹਾਡਾ ਕੀ ਨਾਮ ਪੂਰਾ ਕਿਹੜੇ ਸਬਜੈਕਟ ਪੜ੍ਹਾਉਂਦੇ ਸੀ ਆਲ ਸਬਜੈਕਟ ਪੜ੍ਹਾਉਂਦੇ ਮਾਸਟਰੀ ਵੈਸੇ ਮੈਂ ਹਿੰਦੀ ਦੀ ਐਮਏ ਕੀਤੀ ਹੈ ਹਿੰਦੀ ਦੀ ਕੋਰਸ ਤੇ ਆਈ ਸੀ ਪਰ ਸਾਰਾ ਕੁਝ ਕਰਨਾ ਪੈਂਦਾ ਫੰਡ ਬੁੱਡ ਵੀ ਨਾਲ ਤੁਹਾਡੇ ਵਾਂਗੂ ਗ੍ਰਾਂਟਾਂ ਗਰੂਟਾਂ ਦਾ ਵੀ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਸੀ ਪੂਰਾ ਸਕੂਲ ਚਲਾਉਂਦੇ ਤੁਸੀਂ ਪੂਰਾ ਸਕੂਲ ਚਲਾਉਣਾ ਪੈਂਦਾ ਹਜੇ ਕਹਿੰਦੇ ਹੁੰਦੇ ਸੀ ਸਟਾਫ ਵਾਲੇ ਸੁਖਨੂਰ ਕਹਿੰਦੇ ਕੰਮ ਕਰਨ ਦਾ ਕੰਮ ਤਾਂ ਫਿਰ ਚੌਂਕ ਨਾਲ ਕਰਾਂਗੇ ਤਾਂ ਫੇਰ ਬਸ ਬਾਲੀ ਨਾ ਮਾਰੋ ਸਪਰੇ